ਲੁਧਿਆਣਾ ਦੇ ਵਿੱਚ CIA 2 ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਬਿਨਾਂ NOC ਤੋਂ ਲਗਜ਼ਰੀ ਗੱਡੀਆਂ ਦੇ ਉੱਤੇ ਜਾਲੀ ਨੰਬਰ ਪਲੇਟਾਂ ਲਗਾ ਕੇ ਲੁਧਿਆਣਾ ਦੇ ਵਿੱਚ ਗੱਡੀਆਂ ਵੇਚਣ ਵਾਲੇ ਇੱਕ ਗਰੋਹ ਨੂੰ CIA 2 ਨੇ ਗ੍ਰਿਫਤਾਰ ਕੀਤਾ। ਦੱਸ ਦਈਏ ਕਿ CIA 2 ਨੂੰ ਇੱਕ ਗੁਪਤ ਸੂਚਨਾ ਮਿਲੀ ਸੀਗੀ ਕਿ ਲੁਧਿਆਣਾ ਦੇ ਵਿੱਚ ਲਗਜ਼ਰੀ ਗੱਡੀਆਂ ਦੇ ਉੱਤੇ ਬਿਨਾਂ NOC ਤੋਂ ਜਾਲੀ ਨੰਬਰ ਪਲੇਟਾਂ ਲਗਾ ਕੇ ਇਹ ਗਰੋਹ ਗੱਡੀਆਂ ਵੇਚ ਰਿਹਾ ਹੈ। ਜਿਸ ਤੋਂ ਬਾਅਦ CIA 2 ਦੇ ਇੰਚਾਰਜ ਰਜੇਸ਼ ਸ਼ਰਮਾ ਦੇ ਵੱਲੋਂ ਇਹਨਾਂ ਦੇ ਉੱਤੇ ਕਾਰਵਾਈ ਕਰਦੇ ਹੋਏ ਇਸ ਗੈਂਗ ਦੇ 2 ਮੈਂਬਰਾਂ ਨੂੰ ਫੜ ਲਿੱਤਾ ਗਿਆ। ਦੱਸ ਦਈਏ ਕਿ ਇਸ ਗੈਂਗ ਦਾ ਤੀਸਰਾ ਮੈਂਬਰ ਜੋ ਕਿ ਸ਼ੈਂਟੀ ਕਬਾੜੀਆ ਦੱਸਿਆ ਜਾ ਰਿਹਾ, ਉਹ ਹਾਲੇ ਤੱਕ ਫਰਾਰ ਹੈ। ਕਿਹਾ ਜਾ ਰਿਹਾ ਕਿ ਉਸਨੂੰ ਵੀ ਜਲਦੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ। ਦੱਸ ਦਈਏ ਕਿ CIA 2 ਦੇ ਵੱਲੋਂ ਗੁਪਤ ਸੂਚਨਾ ਮਿਲੀ ਸੀਗੀ ਕਿ ਸ਼ਹਿਰ ਦੇ ਵਿੱਚ ਲਗਜ਼ਰੀ ਗੱਡੀਆਂ ਦੇ ਉੱਤੇ ਬਿਨਾਂ NOC ਤੋਂ 40 ਨੰਬਰ ਪਲੇਟਾਂ ਲਗਾ ਕੇ ਇਹ ਗੱਡੀਆਂ ਵੇਚ ਰਹੇ ਨੇ ਅਤੇ ਬਾਹਰਲੇ ਸਟੇਟਾਂ ਤੋਂ ਇਹ ਗੱਡੀਆਂ ਖਰੀਦ ਕੇ ਲਿਆਉਂਦੇ ਨੇ ਅਤੇ ਬਿਨਾਂ NOC ਤੋਂ ਹੀ 40 ਨੰਬਰ ਪਲੇਟਾਂ ਲਗਾ ਕੇ ਇਹ ਗੱਡੀਆਂ ਅੱਗੇ ਵੇਚ ਦਿੰਦੇ ਨੇ। ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕੀ ਕੁਛ ਕਹਿਣਾ ਰਿਹਾ, ਤੁਸੀਂ ਵੀ ਸੁਣੋ। ਇਹ ਲੁਧਿਆਣਾ ਪੁਲਿਸ ਕਮਿਸ਼ਨਰੇਟ ਨੂੰ ਅੱਜ ਬੜੀ ਵੱਡੀ ਸਫਲਤਾ ਇਹ ਹਾਸਲ ਹੋਈ ਹੈ। ਇਸ ਵਿੱਚ ਜਿਹੜੇ 2 ਅਕਿਊਜ਼ਡ ਹੈ, ਅਰਸ਼ਦੀਪ ਸਿੰਘ ਅਰਸ਼ ਉਰਫ ਅਮਰਦੀਪ ਸਿੰਘ ਉਰਫ ਅਮਰ, ਇਹਨਾਂ ਨੂੰ ਜਿਹੜਾ ਅਰੈਸਟ ਕੀਤਾ FIR ਨੰਬਰ 132/2024 ਪੁਲਿਸ ਸਟੇਸ਼ਨ ਦੁਗਰੀ ਲੁਧਿਆਣਾ ਕਮਿਸ਼ਨਰੇਟ ਵਿੱਚ ਰਜਿਸਟਰ ਕੀਤੀ ਗਈ ਹੈ। ਜਿਸ ਸੰਬੰਧੀ ਜਿਹੜੇ ਦੋਸ਼ੀ ਹੈ, ਇਹਨਾਂ ਤੋਂ 5 ਜਿਹੜੀਆਂ ਹੈਗੀਆਂ BMW ਕਾਰ ਹੈ, ਮਰਸੀਡੀਜ਼ ਕਾਰ ਹੈ, ਬਾਕੀ ਹੋਰ ਗੱਡੀਆਂ 5 ਗੱਡੀਆਂ ਬਰਾਮਦ ਕੀਤੀਆਂ। ਇਹ ਦੋਸ਼ੀ ਇਹਨਾਂ ਗੱਡੀਆਂ ਦੇ ਜਾਲੀ ਡਾਕੂਮੈਂਟਸ ਤਿਆਰ ਕਰਕੇ ਬਿਨਾਂ NOC ਦੀਆਂ ਗੱਡੀਆਂ ਕਿਤੋਂ ਲਿਆ ਕੇ ਉਹਨਾਂ ਦੇ ਫਰਜ਼ੀ ਜਿਹੜੇ RCs ਦੇ ਡਾਕੂਮੈਂਟ ਤਿਆਰ ਕਰਕੇ ਗਾਂਹ ਲੋਕਾਂ ਨੂੰ ਵੇਚਦੇ ਸੀਗੇ। ਇਹਨਾਂ ਤੋਂ ਇਹ ਰਿਕਵਰੀ ਕੀਤੀ ਗਈ ਹੈ। ਹੁਣ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਅਤੇ ਬੜੀ ਗਹਿਨਤਾ ਨਾਲ ਜਿਹੜੀ ਅੱਗੇ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਜੋ ਮੁੱਢਲੀ ਪੁੱਛਗਿੱਛ 'ਚ ਇਹ ਆਇਆ ਵੀ ਇਹ ਗੱਡੀਆਂ ਜਿਹੜੀਆਂ ਆਊਟ ਆਫ ਪੰਜਾਬ ਬਾਹਰੋਂ ਦਿੱਲੀ ਵਾਲੀ ਸਾਈਡ ਤੋਂ ਲੈ ਕੇ ਆਉਂਦੇ ਸੀਗੇ। ਬਾਕੀ ਅਸੀਂ ਇਸ ਵਿੱਚ ਇੱਕ ਹੋਰ ਥਰਡ ਪਰਸਨ ਹੈਗਾ ਇੱਥੇ, ਸੰਨੀ ਉਰਫ ਸ਼ੈਟੀ ਕਬਾੜੀਆ, ਉਸਨੂੰ ਵੀ ਇਸ ਕੇਸ ਦੇ ਵਿੱਚ ਨੋਮੀਨੇਟ ਕੀਤਾ। ਉਸ 'ਤੇ ਪਹਿਲਾਂ ਵੀ 2 ਪਰਚੇ ਦਰਜ ਨੇ ਅਤੇ ਇਹਦੀ ਹੋਰ ਜਿਹੜੀ ਡੂੰਘਾਈ ਨਾਲ ਸਾਡੇ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ। ਜੋ ਵੀ ਫੈਕਟਸ ਹੋਣਗੇ ਉਹ ਤੁਹਾਡੇ ਸਾਹਮਣੇ ਰੱਖੇ। ਫਿਲਹਾਲ ਤਾਂ ਇਹਨਾਂ ਦੀ ਜਿਹੜੀ ਲੋਕਲੀ ਰਹਿਣ ਵਾਲੇ ਆ, ਇੱਥੇ ਜਿਹੜੀ ਇਹਨਾਂ ਦੀ ਸ਼ਮੂਲੀਅਤ ਇਹਦੇ ਵਿੱਚ ਆਈ ਹੈ। ਬਾਕੀ ਇਹਦੀ ਜਿਹੜੇ ਅਸੀਂ ਹੁਣ ਰਿਮਾਂਡ ਇਸੇ ਕਰਕੇ ਲਿਆ, ਜਿਹੜੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਵੀ ਇਹ ਕਿੱਥੇ ਕਿੱਥੇ ਇਹਨਾਂ ਨੇ ਹੋਰ ਕੀਤਾ ਹੈਗਾ ਉਹ ਕਰ ਰਹੇ ਹਾਂ ਸਰ। ਜਿਹੜੇ ਆਰੋਪੀ ਫੜੇ ਗਏ, ਉਹਨਾਂ ਨੇ ਪਹਿਲਾਂ ਵੀ ਕੋਈ ਗੱਡੀਆਂ ਲੁਧਿਆਣੇ 'ਚ ਵੇਚੀਆਂ ਕਿਸੇ ਨੂੰ, ਜਾਂ ਇਹਨਾਂ ਦਾ ਫਸਟ ਹੀ ਸੀਗਾ ਕਿ ਗੱਡੀਆਂ ਲੈ ਕੇ? ਇਹਨਾਂ 'ਤੇ ਦੇਖੋ ਅਜੇ ਇਸ ਤਰ੍ਹਾਂ ਦੇ ਪਹਿਲਾਂ FIR ਹਜੇ ਤੱਕ ਸਾਨੂੰ ਨਹੀਂ ਮਿਲੀ। ਬਾਕੀ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲਿਆ, ਅਸੀਂ ਇਹਨਾਂ ਦੇ ਜਿੱਥੋਂ ਦੇ ਰਹਿਸ਼ੀ ਹੈ ਸਾਡੇ ਲੁਧਿਆਣੇ ਦੇ ਉਹਨਾਂ ਆਪਣੇ ਥਾਣਿਆਂ 'ਚ ਵੀ ਰਿਕਾਰਡ ਚੈੱਕ ਕਰ ਰਹੇ ਹਾਂ, ਪਲੱਸ ਜਿਹੜਾ ਅਸੀਂ ਦੂਜੇ ਡਿਸਟ੍ਰਿਕਟਸ ਤੋਂ ਵੀ ਇਹਨਾਂ ਬਾਰੇ ਰਿਕਾਰਡ ਜਿਹੜਾ ਹੈਗਾ ਕ੍ਰਾਈਮ ਰਿਕਾਰਡ ਉਹ ਚੈੱਕ ਕਰਾ ਰਹੇ ਹਾਂ ਅਤੇ ਜੋ ਵੀ ਡਿਟੇਲ ਆਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕਬਾੜੀਏ ਦਾ ਨਾਮ ਦਿੱਤਾ, ਉਹਦੀ ਕੀ ਇਨਵੋਲਵਮੈਂਟ ਆ ਉਹਨੂੰ ਗੱਡੀ? ਫਿਲਹਾਲ ਉਹਦੇ ਵਿੱਚ ਮੁੱਢਲੀ ਪੁੱਛਗਿੱਛ ਤੋਂ ਇਹ ਸਾਹਮਣੇ ਆਇਆ ਵੀ ਉਹਦੇ ਨਾਲ ਮਿਲ ਕੇ ਇਕੱਠੇ ਜਿਹੜਾ ਇਹ ਇਨਵੋਲਵਮੈਂਟ ਇਹਨਾਂ ਦੀ ਸੀਗੀ ਇਸ ਕੰਮ ਦੇ ਵਿੱਚ, ਜੋ ਉਹਦੇ ਉੱਤੇ ਪਹਿਲਾਂ ਵੀ 2 ਪਰਚੇ ਇਸੇ ਤਰ੍ਹਾਂ ਦੇ ਚੋਰੀ ਦੀਆਂ ਗੱਡੀਆਂ ਲੈਣ ਦੇ ਜਿਹੜੇ ਹੈਗੇ ਦਰਜ ਨੇ ਅਤੇ ਅਸੀਂ ਹੁਣ ਇਹਦੀ ਜਿਹੜੀ ਉਹਨੂੰ ਵੀ ਨਾਮਜ਼ਦ ਕੀਤਾ, ਸਾਡੀਆਂ ਟੀਮਾਂ ਰੇਡ ਕਰ ਰਹੀਆਂ, ਉਹਦੀ ਅਰੈਸਟ ਕਰਕੇ ਜਿਹੜਾ ਹੈਗਾ ਅੱਗੇ ਡਿਟੇਲ ਤਫਤੀਸ਼ ਕੀਤੀ ਜਾਊਗੀ। ਫਿਲਹਾਲ ਇਹ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੀ ਆ ਜੇ ਕਰ ਰਹੇ ਹਾਂ ਤਫਤੀਸ਼। ਇਹਨਾਂ ਦਾ ਇੱਕ ਅਕਿਊਜ਼ਡ ਹੈਗਾ ਜਿਹੜਾ ਉਹ 30-35 ਸਾਲ ਦਾ, ਦੂਜੇ ਦੀ ਉਮਰ ਥੋੜ੍ਹੀ ਜ਼ਿਆਦਾ। SMZ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਰਿਪੋਰਟ।